नमस्कार दोस्तों, रुपेश बंसल आरबीआई मीडिया में आपका स्वागत कर रहा हूं। खबर फिरोजपुर से आ रही है। यहां पर एक पत्रकार के भाई की मौत के बाद पत्रकारों ने एसएसबी कार्यालय के बाहर धरना दिया। देखिए किस प्रकार से यहां पर धरना दिया जा रहा है। हत्या के मामले को आत्महत्या के मामले में बदल दिए जाने के बाद यह धरना दिया जा रहा है। हमारे संवाददाता सुखचैन सिंह की यह रिपोर्ट आपको दिखा रहा हूँ। बने रहे हमारे साथ, देखते रहे हमारा चैनल। हमारे चैनल को सब्सक्राइब करना न भूलें। अब जोड़ा फिरोजपुर प्रेस क्लब वालों अज धरना दिता जा रहा है एसएसपी दफ्तर के बाहर। उनका कारण यह है कि साढ़े एक फास्टवे के पत्रकार जोड़े थे बॉबी खुराना जी, उन्होंने व्डे भरा गिरदारी लाल का पांच लोगों के वलों जोड़ा है कतल कर दिया जाता है। तो उन्होंने वालों जोड़ा है मृतक जोड़े गिरदारी लाल जी ने स्वर्गीय है उन्होंने वालों डाइंग डैक्लारेशन दी गई, अपनी वीडियो जी मौके पर बनाई गई भी मैंने फलाने फलाने बंद ने जोड़ा जहर दे के मार दिता है। और पुलिस ने उस तो बाद जोड़ा है कार्रवाई करते हुए जोड़ा 302 6 ਦੇ ਵਿੱਚ ਬਦਲ ਦਿੱਤਾ। ਉਸ ਤੱਕ ਜਿਹੜਾ ਪੁਲਿਸ ਜਿਹੜੀ ਹੈ ਉਦੋਂ ਤੱਕ ਜਿਹੜਾ ਪਰਿਵਾਰ ਅਤੇ ਮੀਡੀਆ ਦੇ ਜਿਹੜੇ ਕਰਮੀ ਹੈ ਉਹ ਇਨਸਾਫ਼ ਦੀ ਮੰਗ ਲਗਾਤਾਰ ਕਰਦੇ ਰਹੇ, ਮਗਰ ਪੁਲਿਸ ਤੋਂ ਜਿਹੜਾ ਵਿਸ਼ਵਾਸ ਸੀਗਾ ਉਹ 2 ਮਹੀਨੇ ਟੱਪ ਜਾਣ ਤੋਂ ਬਾਅਦ ਉੱਠ ਗਿਆ। ਪੁਲਿਸ ਜਿਹੜੀ ਆ ਉਹ ਬਿਲਕੁਲ ਕਾਰਵਾਈ ਨਹੀਂ ਕਰ ਰਹੀ ਇਹਨਾਂ ਮੁਲਜ਼ਮਾਂ ਦੇ ਖਿਲਾਫ, ਕਿਉਂਕਿ ਇਹ ਜਿਹੜੇ ਮੁਲਜ਼ਮ ਨੇ ਇਹ ਸਿਆਸੀ ਜਿਹੜੇ ਲੋਕਾਂ ਦੇ ਨਾਲ ਰਹਿੰਦੇ ਹਨ ਅਤੇ ਸਿਆਸੀ ਦਬਾਅ ਹੋਣ ਕਰਕੇ ਜਿਹੜੇ ਇਹ ਪੁਲਿਸ ਜਿਹੜੀ ਆ ਇਹ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਜਿਹੜਾ ਕੁਝ ਦਿਨ ਪਹਿਲਾਂ ਲਗਾਤਾਰ ਪੁਲਿਸ ਦੇ ਅਧਿਕਾਰੀਆਂ ਨੂੰ ਜਿਹੜਾ ਪਰਿਵਾਰ ਵੱਲੋਂ ਬਿਜਲੀ ਮਹਿਕਮੇ ਵੱਲੋਂ, ਕਿਉਂਕਿ ਉਹ ਜਿਹੜਾ ਮ੍ਰਿਤਕ ਗਿਰਧਾਰੀ ਲਾਲ ਸੀ ਸਾਡੇ ਪੱਤਰਕਾਰ ਦਾ ਵੀਰ, ਉਹ ਵੀ ਜਿਹੜਾ ਬਿਜਲੀ ਵਿਭਾਗ ਦੇ ਵਿੱਚ ਕੰਮ ਕਰਦਾ ਸੀਗਾ, ਔਰ ਜਿਹੜੇ ਸਾਡੇ ਪੱਤਰਕਾਰ ਸਾਥੀ ਨੇ ਉਹ ਲਗਾਤਾਰ ਜਿਹੜਾ ਪੁਲਿਸ ਅਫਸਰਾਂ ਨਾਲ ਰਾਬਤਾ ਉਹਨਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਕਾਇਮ ਰੱਖਿਆ ਸੀ, ਮਗਰ ਪੁਲਿਸ ਜਿਹੜੇ ਅਧਿਕਾਰੀ ਨੇ ਅਫਸਰ ਨੇ ਉਹਨਾਂ ਵੱਲੋਂ ਅੱਜ ਤੱਕ ਕੋਈ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਆਖਿਰਕਾਰ ਜਿਹੜਾ ਹੈ ਅਸੀਂ 3 ਦਿਨ ਪਹਿਲਾਂ ਜਿਹੜਾ SPH ਨੂੰ ਜਿਹੜਾ ਫਿਰੋਜ਼ਪੁਰ ਉਹਨਾਂ ਨੂੰ ਮਿਲੇ, ਉਹਨਾਂ ਨੇ ਜਿਹੜਾ ਆਸ਼ਵਾਸਨ ਦਿੱਤਾ ਵੀ ਸੋਮਵਾਰ ਤੱਕ ਜਿਹੜਾ 10 ਵਜੇ ਤੱਕ ਹਰ ਹਾਲਤ 'ਚ ਜਿਹੜੇ ਮੁਲਜ਼ਮ ਨੇ ਉਹ ਗ੍ਰਿਫਤਾਰ ਕਰ ਲਿੱਤੇ ਜਾਣਗੇ, ਮਗਰ ਅੱਜ ਤੱਕ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿਸ ਕਾਰਨ ਦੁਖੀ ਹੋ ਕੇ ਜਿਹੜੀ ਪ੍ਰੈਸ ਜਿਹੜੀ ਹੈ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠਣਾ ਪਿਆ। ਅੱਜ ਜਿਹੜਾ ਸਾਰਾ ਦਿਨ ਜਿਹੜਾ ਧਰਨੇ 'ਤੇ ਲੰਘ ਚੁੱਕਿਆ, ਮਗਰ ਇੱਥੇ ਕੋਈ ਵੀ ਹਜੇ ਤੱਕ ਪੁਲਿਸ ਅਧਿਕਾਰੀ ਜਿਹੜਾ ਹੈ ਪੱਤਰਕਾਰਾਂ ਦੀ ਸਾਰ ਲੈਣ ਵਾਸਤੇ ਨਹੀਂ ਪਹੁੰਚਿਆ। ਇਹ ਪੁਲਿਸ ਵਾਲਿਆਂ ਵਾਸਤੇ ਅਤੇ ਪੰਜਾਬ ਸਰਕਾਰ ਵਾਸਤੇ ਬੜੀ ਹੀ ਸ਼ਰਮਨਾਕ ਗੱਲ ਹੈ, ਕਿਉਂਕਿ ਜੇ ਪੱਤਰਕਾਰਾਂ ਨੂੰ ਇਨਸਾਫ਼ ਨਹੀਂ ਮਿਲ ਸਕਦਾ ਤਾਂ ਆਮ ਪੰਜਾਬ ਦੀ ਜਨਤਾ ਨੂੰ ਇਨਸਾਫ਼ ਜਿਹੜਾ ਨਹੀਂ ਮਿਲ ਸਕਦਾ।